ਧੰਨ ਵਾਹਿਗੁਰੂ ਸਾਹਿਬ ਜੀਓ। ਧਰ ਜੀ ਰੇਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨ ਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਦੂਜੀ ਛੋਟ ਕਵਟੜੀ ਇੱਕ ਸਿਉਂ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਡੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਵਨਜਾਰਿਆ, ਸੱਚ ਵਖਰ ਜਿਨੀ ਲੱਦਿਆ ਸੇ ਸੱਜੜੇ ਪਾਸਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੂਧ ਕਟੋਰੈ ਗੜਵੈ ਪਾਣੀ, ਕਪਲ ਗਾਏ ਨਾਮੈ ਦੁਹਿਆਨੀ। ਦੂਧ ਕਟੋਰੈ ਗੜਵੈ ਪਾਣੀ, ਕਪਲ ਗਾਏ ਨਾਮੈ ਦੁਹਿਆਨੀ। ਦੂਧ ਪੀਓ ਗੋਬਿੰਦ ਰਾਏ, ਦੂਧ ਪੀਓ ਮੇਰੋ ਮਨ ਪਤਿਆਏ, ਨਹੀਂ ਤਾਂ ਘਰ ਕੋ ਬਾਪ ਰਸਾਏ। ਰਹਾਉ ਸੁਨ ਕਟੋਰੀ ਅੰਮ੍ਰਿਤ ਭਰੀ, ਲੈ ਨਾ ਮੈਂ ਹਰ ਆਗੈ ਧਰੀ। ਏਕ ਭਗਤ ਮੇਰੇ ਹਿਰਦੈ ਪਸੈ, ਨਾਮੇ ਦੇਖ ਨਾਰਾਇਣ ਹਸੈ। ਦੂਧ ਪਿਆਏ ਭਗਤ ਘਰ ਆਇਆ, ਨਾਮੇ ਹਰ ਕਾ ਦਰਸ਼ਨ ਪਾਇਆ। ਦੂਧ ਪਿਆਏ ਭਗਤ ਘਰ ਆਇਆ, ਨਾਮੇ ਹਰ ਕਾ ਦਰਸ਼ਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤ ਸੰਗੀ ਪਿਆਰ ਵਾਲੇ ਵਣ ਭਾਗੇ ਹੋ। ਗੁਰੂ ਕੀ ਗੋਦ ਚ ਬੈਠ ਕੇ ਸਤਿਗੁਰ ਦੀ ਪਾਵਨ ਬਾਣੀ ਨਾਲ ਜੁੜੇ ਹੋ। ਸਤਿਗੁਰ ਦੀ ਪਾਤਸ਼ਾਹ ਦੀ ਕਿਰਪਾ ਸਦਕਾ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦਾ ਕੀਰਤਨ ਆਪਣੇ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਲੜੀ ਵਾਰ ਜਾਨਾਂ ਦੀ ਤਰ੍ਹਾਂ ਆਪਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਦੇ ਹੋ, ਪਾਤਸ਼ਾਹ ਦੀ ਕਿਰਪਾ ਸਦਕਾ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ, ਜਿਸ ਪਾਵਨ ਸ਼ਬਦ ਦਾ ਪਾਠ ਆਪਣੇ ਸਰਵਣ ਕੀਤਾ ਹੈ।
ਇਹ ਸ਼ਬਦ ਅੰਦਰ ਭਗਤ ਨਾਮਦੇਵ ਜੀ ਦੇ ਬਾਰੇ ਜੋ ਆਮ ਗੱਲ ਪ੍ਰਚਲਿਤ ਕੀਤੀ ਗਈ ਹੈ ਕਿ ਭਗਤ ਨਾਮਦੇਵ ਮੰਦਿਰ 'ਚ ਗਏ, ਉੱਥੇ ਜਾ ਕੇ ਆਪਣੇ ਇਸ਼ਟ ਨੂੰ ਆਪਣੇ ਮਾਲਕ ਨੂੰ ਦੁੱਧ ਪਿਆ ਕੇ ਆਉਂਦੇ ਨੇ ਅਤੇ ਉਹ ਖੁਸ਼ ਹੁੰਦਾ ਹੈ ਅਤੇ ਨਾਮਦੇਵ ਤੋਂ ਪਰਮਾਤਮਾ ਵੀ ਬੜਾ ਖੁਸ਼ ਹੋਇਆ। ਆਓ ਪਿਆਰੇ, ਉਸ ਪਾਵਨ ਸ਼ਬਦ ਦੇ ਵਿੱਚੋਂ ਹੀ ਜੋ ਅਸਲੀਅਤ ਭਾਵ ਹੈ, ਬਹੁਤ ਸਾਰੇ ਭੁਲੇਖੇ ਸ਼ਬਦ ਬਾਰੇ ਪਾਏ ਗਏ ਹਨ, ਕੋਸ਼ਿਸ਼ ਕਰਾਂਗੇ ਗੁਰਮਤਿ ਦੀ ਕਸਵੱਟੀ ਤੇ ਇਸਨੂੰ ਵਿਚਾਰਾਂ ਦੀ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਭੈਰੋ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ 1163 ਉੱਪਰ ਸਵਾਏ ਹਨ। ਬਹੁਤ ਲੰਮਾ ਸਮਾਂ ਜਿਹੜਾ ਐਸਾ ਗੁਜ਼ਰਿਆ ਆ ਜਿੱਥੇ ਇੱਕ ਅਧਿਕਾਰ ਖੋਇਆ ਗਿਆ ਕਿ ਸ਼ੂਦਰ ਨਾਂ ਦਾ ਬੰਦਾ ਕਿਸੇ ਧਰਮ ਸਥਾਨ 'ਚ ਨਹੀਂ ਵੜ ਸਕਦਾ। ਉਹਨਾਂ ਦਿਨਾਂ ਉਹਨਾਂ ਸਮਿਆਂ ਦੀ ਗੱਲ ਤਾਂ ਛੱਡੋ, ਅੱਜ ਵੀ ਐਸਾ ਸਮਾਂ ਹੈ। ਜ਼ਿਕਰ ਕਰਦਾ ਭਗਤ ਨਾਮਦੇਵ ਜੀ ਦੇ ਪਰਿਵਾਰ ਤੋਂ ਹੀ, ਨਰਸੀ ਬਾਮਣੀ ਇਲਾਕੇ ਵਿੱਚ, ਜੋ ਨਰਸੀ ਬਾਮਣੀ ਪਿੰਡ ਹੈ ਉਸ ਇਲਾਕੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੁੰਦਾ ਹੈ। ਉਸ ਪਰਿਵਾਰ ਦੇ ਵਿੱਚ ਜਿਹੜੇ ਮੰਨੇ ਗਏ ਸੀ ਇਹ ਛੂਦਰ ਜਾਤ ਵਿੱਚੋਂ, ਨੀਵੀਂ ਜਾਤ ਵਾਲੇ, ਅਸਲ ਵਿੱਚ ਮਰਾਠੀ ਭਾਸ਼ਾ ਦੇ ਵਿੱਚ ਸ਼ਿੰਪ ਸ਼ਿੰਪ ਸ਼ਬਦ ਸਿੱਪੀ ਵਾਸਤੇ ਵਰਤਦੇ ਨੇ ਤੇ ਜਿਹੜਾ ਸ਼ਿੰਪ ਸ਼ਬਦ ਹੈ ਇਹ ਬਦਲ ਕੇ ਹਿੰਦੀ ਅੰਦਰ ਸ਼ੀਪਾ ਬਣਿਆ। ਸ਼ੀਪਾ ਤੇ ਸ਼ੀਪੇ ਨੂੰ ਲੋਕ ਅਕਸਰ ਹੀ ਪ੍ਰਚਲਿਤ ਕਹਾਣੀ ਮੁਤਾਬਕ ਡਾਕਟਰ ਜੋਤ ਸਿੰਘ ਦੀ ਲਿਖੀ ਕਿਤਾਬ ਭਗਤ ਨਾਮਦੇਵ ਜੀ ਦਾ ਜੀਵਨ ਅਤੇ ਹੋਰ ਭਗਤ ਉਹ 'ਚ ਹਵਾਲਾ ਦੇ ਰਿਹਾ। ਮੁੜ ਕੇ ਬਾਅਦ ਵਿੱਚ ਲੋਕਾਂ ਨੇ ਜਿਹੜਾ ਸ਼ਿਪਮ ਸ਼ਬਦ ਸ਼ੀਪਾ ਬਣਿਆ, ਸ਼ੀਪੇ ਤੋਂ ਬਾਅਦ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜਿਹੜੇ ਇਹ ਲੋਕ ਨੇ ਇਹ ਸਿੱਪੀ 'ਚੋਂ ਪੈਦਾ ਹੋਏ ਨੇ, ਛਿਪੇ ਨੇ। ਭਗਤ ਨਾਮਦੇਵ ਜੀ ਨੇ ਵੀ ਆਪਣੀ ਬਾਣੀ ਅੰਦਰ ਸ਼ੀਪਾ ਸ਼ਬਦ ਵਰਤਿਆ ਆ। ਇਵੇਂ ਕਰਕੇ ਜਿਹੜੇ ਨੀਵੀਂ ਜਾਤ ਵਾਲੇ ਅਖਵਾਉਣ ਵਾਲੇ ਸਨ, ਜਾਂ ਉਹਨਾਂ ਨੂੰ ਲੋਕ ਕਿਹਾ ਜਾ ਤੁਸੀਂ ਨੀਵੀਂ ਜਾਤ ਵਾਲੇ, ਉਹਨਾਂ ਨੂੰ ਕੋਈ ਅਧਿਕਾਰ ਨਹੀਂ। ਬ੍ਰਾਹਮਣ ਨੇ ਤਿੰਨ ਜਾਣਿਆਂ ਨੂੰ ਠਾਕੁਰ ਦੀ ਪੂਜਾ ਦਾ ਜ਼ਿਕਰ ਕੀਤਾ ਆ ਕਿ ਤੂੰ ਕਰ ਸਕ, ਤੈਨੂੰ ਅਧਿਕਾਰ ਆ। ਇੱਕ ਬ੍ਰਾਹਮਣ, ਖੱਤਰੀ ਤੇ ਵੈਸ਼, ਤਿੰਨੇ ਜਣੇ ਠਾਕੁਰ ਦੀ ਪੂਜਾ ਕਰ ਸਕਦੇ ਨੇ, ਠਾਕੁਰ ਨੂੰ ਘਰ ਵੀ ਰੱਖ ਸਕਦੇ ਨੇ। ਸ਼ੂਦਰ ਨੂੰ ਵੀ ਅਧਿਕਾਰ ਨਹੀਂ ਸੀ ਵੀ ਮੰਦਰ ਜਾ ਕੇ ਤੂੰ ਜਾ ਕੇ ਉਹਦੀ ਪੂਜਾ ਕਰ ਦੇਵੇਂ। ਅੱਜ ਵੀ ਇਹ ਗੱਲ ਪ੍ਰਚਲਿਤ ਹੈ ਕਈ ਥਾਵਾਂ ਤੇ। ਸ਼ਾਇਦ ਅਸੀਂ ਪੰਜਾਬ ਵਾਸੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਪਾਉਂਦੇ, ਸੋਚਦੇ ਵੀ ਨਹੀਂ ਪੰਜਾਬ ਵਿੱਚ ਇਸ ਚੀਜ਼ ਦਾ ਬਹੁਤ ਘੱਟ ਹੈ, ਪਰ ਪੰਜਾਬ ਤੋਂ ਬਾਹਰ ਬਹੁਤ ਹੈ। ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਤੇ ਬਹੁਤ ਜ਼ਿਆਦਾ ਇਹ ਚੀਜ਼ ਵਧੀ ਹੋਈ ਹੈ, ਜਿੱਥੇ ਸ਼ੂਦਰ ਨੂੰ ਨੀਵੀਂ ਜਾਤ ਵਾਲੇ ਬੰਦੇ ਨੂੰ ਮੰਦਰ 'ਚ ਵੜਨ ਦੀ ਬਿਲਕੁਲ ਮਨਾਹੀ ਪਾਬੰਦੀ ਹੈ। ਹੁਣ ਜਿਹੜੀ ਗੱਲ ਮੰਨੀ ਜਾਂਦੀ ਹੈ, ਭਗਤ ਨਾਮਦੇਵ ਜੀ ਮੰਦਰ 'ਚ ਗਏ ਦੁੱਧ ਪਿਆਉਣ ਵਾਸਤੇ, ਉੱਥੇ ਉੱਥੇ ਰਮਾ ਆਪਣੇ ਠਾਕੁਰ ਨੂੰ ਮੱਥਾ ਟੇਕਿਆ,
ਵੀ ਸੋਨੇ ਦਾ ਭਾਂਡਾ ਸੀ ਵਿੱਚ ਦੁੱਧ ਪਾਇਆ, ਠਾਕੁਰ ਦੇ ਮੂੰਹ ਨੂੰ ਲਾਇਆ, ਉਹਨੇ ਪੀਆ ਤੇ ਬੜੇ ਖੁਸ਼ ਹੋਏ। ਠਾਕੁਰ ਨੇ ਖੁਸ਼ ਹੋ ਕੇ ਪੀ ਲਿਆ, ਵਾਪਸ ਘਰ ਨੂੰ ਆ ਗਏ। ਕੀ ਸੱਚ ਹੀ ਭਗਤ ਨਾਮਦੇਵ ਕਿਸੇ ਮੂਰਤੀ ਦੇ ਪੁਜਾਰੀ ਹੈ? ਆਪਣੀ ਬਾਣੀ ਤੋਂ ਇੱਕ ਗੱਲ ਕਹਿੰਦੀ, ਦੁੱਧ ਮੂਰਤੀ ਨੂੰ ਦੁੱਧ ਪਿਆਉਣ ਦੇ ਹੱਕ ਚ ਤਾਂ ਬਾਣੀ ਆਪਣੀ ਵਿੱਚ ਵੀ ਨਹੀਂ ਹੈਗੇ, ਹੁਣ ਜ਼ਿਕਰ ਬਾਣੀ ਚ ਕੀਤਾ ਹੈ। ਆ ਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੇ ਹੋਤੇ ਬੀਠਲ ਭੈਲਾ ਕਾਏ ਕਰੋ। ਆ ਨੀਲੇ ਦੂਧ ਰਧਾਈਲੇ ਖੀਰੰਗ ਠਾਕੁਰ ਕੋ ਨਾ ਵੈਦ ਕਰੋ, ਪਹਿਲੇ ਦੂਧ ਬਟਾਰੋ ਬਸ਼ਰੇ ਬੀਠਲ ਭੈਲਾ ਕਾਏ ਕਰੋ। ਕਹਿੰਦਾ ਮੈਂ ਕਿਹੜੇ ਤੋਂ ਕਿਹੜੇ ਬੀਠਲ ਨੂੰ, ਕਿਹੜੇ ਮਾਲਕ ਨੂੰ, ਕਿਹੜੇ ਠਾਕੁਰ ਨੂੰ ਦੁੱਧ ਪਿਆਵਾਂ? ਦੁੱਧ ਤੇ ਪਹਿਲਾਂ ਪਰਮਾਤਮਾ ਨੇ ਪਹਿਲਾਂ ਹੀ ਪੀ ਲਿਆ, ਜਦੋਂ ਵੱਛੇ ਨੇ ਪੀ ਲਿਆ, ਰੱਬ ਵੱਛੇ ਵਿੱਚ ਵੀ ਸੀਗਾ, ਗਾਂ ਵਿੱਚ ਵੀ ਸੀਗਾ। ਜਿੰਨੇ ਜਿਹੜੇ ਦੁੱਧ ਪੀਤਾ ਰੱਬ ਸਾਰਿਆਂ ਵਿੱਚ ਸੀਗਾ, ਸਾਰਿਆਂ ਨੇ ਪੀ ਲਿਆ। ਪਰ ਇਹ ਗੱਲ ਕਹਿੰਦੇ ਕਿ ਦੁੱਧ ਤਾਂ ਵੱਛੇ ਦਾ ਜੂਠਾ ਹੋਇਆ ਸੀ, ਰੱਬ ਠਾਕੁਰ ਨੂੰ ਕੀ ਪਿਆਵਾਂ? ਠਾਕੁਰ ਵੱਛੇ ਦੇ ਅੰਦਰ ਠਾਕੁਰ ਵਸਿਆ ਹੋਇਆ, ਰੱਬ ਵਸਿਆ ਹੋਇਆ, ਉਤੋਂ ਨੇ ਪੀ ਲਿਆ। ਹੁਣ ਇਹ ਗੱਲ ਕਹਿੰਦੇ ਨੇ ਭਗਤ ਨਾਮਦੇਵ, ਕਹਿੰਦੇ ਵੀ ਵਾਕਈ ਉਹ ਠਾਕੁਰ ਨੂੰ ਪੰਜਾਬ ਦੁੱਧ ਪਿਆਉਣ ਗਏ ਹੋਏ ਸਨ। ਹੁਣ ਇੱਥੇ ਇੱਕ ਘਟਨਾ ਵਾ, ਆਪ ਸੁਣਿਓ। ਇੱਕ ਪਾਸੇ ਭਗਤ ਨਾਮਦੇਵ ਨੂੰ ਮੰਦਿਰ 'ਚ ਵੜਨ ਦੀ ਕੋਈ ਵੀ ਕਿਸੇ ਤਰੀਕੇ ਦੇ ਨਾਲ ਮਨਜ਼ੂਰੀ ਨਹੀਂ ਹੈ, ਧੱਕੇ ਵੱਜਦੇ ਨੇ ਵੀ ਤੂੰ ਮੰਦਿਰ 'ਚ ਆਉਣਾ ਤੇਰਾ ਕੀ ਅਧਿਕਾਰ ਹੈ, ਤੂੰ ਛੋਟੀ ਜਾਤ ਵਾਲਾ। ਇੱਕ ਪਾਸੇ ਕਿਹਾ ਜਾ ਰਿਹਾ ਕਿ ਭਗਤ ਨਾਮਦੇਵ ਮੰਦਿਰ 'ਚ ਦੁੱਧ ਪਿਆ ਵੀ ਆਏ, ਦੋਗਲੀ ਜੀ ਗੱਲ ਹੈ। ਪਰ ਅਸਲ ਚ ਕਿਹੜੀ ਭਗਤ ਨਾਮਦੇਵ ਨੇ ਜਿਹੜੀ ਕਟੋਰੀ ਭਰੀ ਹੈ, ਕਿਹੜਾ ਭਾਂਡਾ ਆ, ਕਿਹਨੂੰ ਦੁੱਧ ਪਿਆਇਆ ਆ? ਜੇਕਰ ਆਪਾਂ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਕੋਸ਼ਿਸ਼ ਕਰਾਂਗੇ। ਨਾਮਦੇਵ ਜੀ ਕਹਿੰਦੇ ਨੇ ਦੁੱਧ ਪੀਓ ਗੋਬਿੰਦੇ ਰਾਏ, ਦੁੱਧ ਤੇ ਮੂਰਤੀ ਨੂੰ ਪਿਆਇਆ ਜਾਂਦਾ ਤੇ ਜਿਹੜਾ ਮੂਰਤੀ ਹੈ ਉਹਨੂੰ ਠਾਕੁਰ ਕਿਹਾ ਜਾਂਦਾ। ਇੱਥੇ ਗੱਲ ਪ੍ਰਚਲਿਤ ਕੀਤੀ ਵੀ ਜਿਹੜਾ ਗੋਬਿੰਦ ਸ਼ਬਦ ਵਰਤਿਆ ਨਾ ਭਗਤ ਨਾਮਦੇਵ ਨੇ, ਇਹ ਕ੍ਰਿਸ਼ਨ ਜੀ ਵਾਸਤੇ ਵਰਤਿਆ ਹੋਇਆ। ਗੁਰੂ ਨਾਨਕ ਸਾਹਿਬ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਗੁਰੂ ਅਮਰਦਾਸ ਜਿਹੜੇ ਪਾਤਸ਼ਾਹ ਨੇ, ਜਿਹੜੇ ਬਾਕੀ ਸ਼ਬਦ ਬਾਣੀ ਚ ਗੋਬਿੰਦ ਵਾਸਤੇ ਵਰਤੇ ਨੇ, ਕੀ ਉਹਨਾਂ ਨੇ ਕ੍ਰਿਸ਼ਨ ਵਾਸਤੇ ਵਰਤੇ? ਕੀ ਭਗਤ ਕਬੀਰ ਸਾਹਿਬ ਨੇ ਕਿਹਾ ਸੀ, ਮੇਰੀ ਜੇਬਾ ਬਿਸਨ ਨੈਣ ਨਾਰਾਇਣ ਹਿਰਦੇ ਬਸੇ ਗੋਬਿੰਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਹੁਣ ਬੇਅੰਤ ਸ਼ਬਦ ਹੋਰ ਗੁਰੂ ਪਾਤਸ਼ਾਹ ਬਾਣੀ ਚ ਵਰਤੇ ਹੋਏ, ਗੋਬਿੰਦ ਹਮੇ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾਂ ਦੀ ਆ, ਗੋਬਿੰਦ ਭਗਤ ਕੀ ਮਤ ਹੈ ਹੋਰਾ, ਗੁਰੂ ਨਾਨਕ ਸਾਹਿਬ ਕਹਿੰਦੇ। ਭਾਵ ਕਿ ਗੋਬਿੰਦ ਸ਼ਬਦ ਤੇ ਕੇਵਲ ਅਕਾਲ ਪੁਰਖ ਵਾਸਤੇ ਵਰਤਿਆ ਜਾ ਰਿਹਾ, ਜੇ ਠਾਕੁਰ ਵਾਸਤੇ ਵਰਤਿਆ ਆ ਤੇ ਠਾਕੁਰ ਨੂੰ ਗੋਬਿੰਦ ਨਹੀਂ, ਸਿਰਫ ਠਾਕੁਰ ਹੀ ਕਿਹਾ ਜਾਂਦਾ ਆ ਕਿਸੇ ਮੂਰਤੀ ਨੂੰ। ਤੇ ਉਹ ਕਹਿੰਦੇ ਨੇ ਵੀ ਦੁੱਧ ਪੀਓ ਗੋਬਿੰਦੇ ਰਾਏ, ਹੇ ਮੇਰੇ ਮਾਲਕ, ਹੇ ਮੇਰੇ ਗੋਬਿੰਦ ਪਰਮਾਤਮਾ, ਦੁੱਧ ਪੀ ਲੈ। ਕਿਤਨਾ ਦੁੱਧ ਪਿਆਉਣਾ ਹੋਵੇਗਾ? ਉਦਾਹਰਣ ਦਿੰਦਾ ਮੈਂ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਾਂਢੂ ਸਾਈਂ ਦਾਸ ਸੀਗਾ। ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਵੀ ਮੈਂ ਨਵਾਂ ਮਕਾਨ ਬਣਾਇਆ, ਗੁਰੂ ਸਾਹਿਬ ਕਿਰਪਾ ਕਰੋ ਮੇਰੇ ਘਰ ਚਰਨ ਪਾਓ ਆ ਕੇ ਕਿਤੇ। ਸਤਿਗੁਰੂ ਹੁਣ ਇੱਕ ਪਾਸੇ ਤੇ ਸਾਈਂ ਦਾਸ ਆਵਾਜ਼ ਮਾਰਦਾ, ਦੂਜੇ ਪਾਸੇ ਨਾਨਕ ਮੱਤੇ ਵਿੱਚ ਬਾਬਾ ਅਲਮਸਤ ਜੀ ਆਵਾਜ਼ ਮਾਰਦੇ ਪਏ ਨੇ, ਸਤਿਗੁਰੂ ਛੇਵੇਂ ਪਾਤਸ਼ਾਹ ਪਹੁੰਚੋ।
ਕਿਉਂਕਿ ਇੱਥੇ ਜੋਗੀਆਂ ਨੇ ਅਸਥਾਨ ਨੂੰ ਖਤਮ ਕਰਨ ਦਾ ਮਨ ਬਣਾ ਲਿਆ ਹੈ, ਧੱਕਾ ਕਰਦੇ ਪਏ ਨੇ। ਹੁਣ ਉਹ ਵੀ ਅਰਦਾਸ ਕਰਦਾ ਪਿਆ, ਬਾਬਾ ਅਲਬਸਤ ਵੀ ਕਰਦਾ, ਬਾਬਾ ਸਾਈਂ ਦਾਸ ਵੀ ਕਰਦਾ ਪਿਆ, ਪਰ ਪਹਿਲਾਂ ਛੇ ਪਾਤਸ਼ਾਹ ਨਾਨਕ ਮਤੇ ਪਹੁੰਚਦੇ ਨੇ, ਉਹਦੀ ਬੇਨਤੀ ਸੁਣਦੇ। ਦੂਸਰਾ ਸਾਈਂ ਦਾਸ ਦੀ ਬੇਨਤੀ ਪ੍ਰਵਾਨ ਕੀਤੀ, ਉਹਦੇ ਘਰ ਚਲੇ ਗਏ। ਜੇ ਆਪਣੇ ਪਿਆਰੇ ਦੀ ਬੇਨਤੀ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਆਰੇ ਦੇ ਘਰ ਚਲੇ ਜਾਂਦੇ ਤਾਂ ਕੀ ਨਾਮਦੇਵ ਏਦਾਂ ਕਿਤੇ ਆਪਣੇ ਪਰਮੇਸ਼ਵਰ ਨੂੰ ਯਾਦ ਨਾ ਕਰਦੇ ਹੋਣਗੇ? ਛੇਵੇਂ ਪਾਤਸ਼ਾਹ ਡਰੌਲੀ ਵਿੱਚ ਸੀ, ਉੱਥੇ ਸਾਧੂ ਤੇ ਰੂਪਾ ਦੋਵੇਂ ਪਿਓ ਪੁੱਤ ਲੱਕੜਾਂ ਕੱਟਣ ਵਾਲੇ। ਦੁਪਹਿਰ ਗਰਮੀ ਵਿੱਚ ਜਦੋਂ ਉਹਨਾਂ ਨੇ ਸਿਖਰ ਦੀ ਗਰਮੀ ਵਿੱਚ ਵੀ ਥੋੜਾ ਜਿਹਾ ਆਰਾਮ ਛਾਵੇਂ ਕੀਤਾ ਤੇ ਠੰਡਾ ਪਾਣੀ ਮਸ਼ਕ ਚੋਂ ਭਰਿਆ ਤੇ ਪਿਓ ਪੁੱਤਾਂ ਨੇ ਗੱਲ ਕੀਤੀ, ਕਿੰਨਾ ਚੰਗਾ ਹੋਵੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਜਾਣ ਤੇ ਜਲ ਛਕਾਈਏ, ਠੰਡਾ ਉਹਨਾਂ ਨੂੰ ਆਪਾਂ। ਉਹਨਾਂ ਅਰਦਾਸ ਕੀਤੀ, ਦੋਵੇਂ ਪਿਓ ਪੁੱਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜਾ ਕੇ ਜਲ ਛਕ ਕੇ ਆਉਂਦੇ ਉਹਨਾਂ ਦੇ ਘਰੇ। ਸੱਤਵੇਂ ਪਾਤਸ਼ਾਹ ਨੂੰ ਇੱਕ ਮਾਤਾ ਜਿਹੜੀ ਹੈ ਯਾਦ ਕਰਦੀ ਵੀ ਸਤਿਗੁਰੂ ਪਾਤਸ਼ਾਹ ਏਦਾਂ ਤੁਸੀਂ ਘੋੜੇ ਤੇ ਚੜ੍ਹੇ ਆਵੋ, ਏਦਾਂ ਤੁਹਾਨੂੰ ਫੁਲਕਾ ਛਕਾਵਾਂ ਮੈਂ। ਸਤਿਗੁਰੂ ਸਾਹਿਬ ਜਾਂਦੇ ਛਕਦੇ ਵੀ ਨੇ। ਉਹ ਭਾਗ ਭਰੀ ਕਸ਼ਮੀਰ ਬੈਠੀ ਹੋਈ ਯਾਦ ਕਰਦੀ ਛੇਵੇਂ ਪਾਤਸ਼ਾਹ ਨੂੰ, ਗੁਰੂ ਸਾਹਿਬ ਉੱਥੇ ਵੀ ਜਾਂਦੇ ਨੇ। ਕਹਿਣ ਹਮੇਸ਼ਾ ਇਹ ਮਾਤਰ ਤਾਂ ਇਸ਼ਾਰੇ ਦੇ ਰਿਹਾ ਵਾਂ ਵੀ ਜਦੋਂ ਕੋਈ ਪਿਆਰਾ ਆਪਣੇ ਪਿਆਰੇ ਨੂੰ ਭੇਜ ਕੇ ਆਵਾਜ਼ ਮਾਰਦਾ ਹੈ ਤੇ ਮਾਲਕ ਉਸ ਦੇ ਕੋਲ ਪਹੁੰਚਦਾ ਹੈ, ਗੁਰੂ ਜਾਂਦਾ ਹੈ। ਹੁਣ ਇੱਥੇ ਭਗਤ ਨਾਮਦੇਵ ਨੇ ਆਵਾਜ਼ ਮਾਰੀ ਆਪਣੇ ਮਾਲਕ ਨੂੰ, ਤੋਂ ਮਾਲਕ ਕਿੱਥੇ ਵੱਸਦਾ ਹੋਵੇਗਾ? ਨਾਮਦੇਵ ਦਾ ਮਾਲਕ ਉਹ ਕਹਿੰਦੇ ਏਕ ਅਨੇਕ ਵਿਆਪਕ ਪੂਰਕ ਨਾਮਦੇਵ। ਆਪਣੀ ਪਵਿੱਤਰ ਬਾਣੀ ਅੰਦਰ ਸਭ ਤੋਂ ਪਹਿਲਾ ਸ਼ਬਦ ਭਗਤ ਬਾਣੀ ਵਿੱਚੋਂ ਭਗਤ ਨਾਮਦੇਵ ਜੀ ਦਾ ਪਹਿਲਾ ਸ਼ਬਦ ਜਿਹੜਾ ਆ ਉਹ ਏਕ ਅਨੇਕ ਵਿਆਪਕ ਪੂਰਕ ਇਹ ਸ਼ਬਦ ਹੈ। ਇੱਕ ਹੀ ਅਨੇਕਾਂ ਵਿੱਚ ਵਸਿਆ ਹੈ ਮੇਰਾ ਮਾਲਕ, ਏਕ ਅਨੇਕ ਵਿਆਪਕ ਪੂਰਕ ਜਦ ਦੇਖੋ ਤਤ ਸੋਈ। ਮੈਂ ਜਿੱਥੇ ਵੇਖਦਾ ਹਾਂ ਮੇਰਾ ਮਾਲਕ ਉੱਥੇ ਹੀ ਵਸਿਆ ਹੋਇਆ, ਕੋਈ ਹੋਰ ਥਾਂ ਤੇ ਹੈ ਹੀ ਨਹੀਂ। ਹੁਣ ਜਿਹੜੀ ਗੱਲ ਨਾਮਦੇਵ ਜੀ ਹੋਰ ਬਾਣੀ ਚ ਕਰਦੇ ਨੇ, ਜਤਰ ਜਾਉ ਤਤ ਬੀਠਲ ਭੈਲਾ ਮਹਾ ਆਨੰਦ ਕਰੇ ਸਦ ਕੇਲਾ। ਜਿੱਥੇ ਜਾਣਾ ਉੱਥੇ ਹੀ ਮਾਲਕ ਆ। ਫਿਰ ਮੰਦਰ ਚ ਹੀ ਵੇਖਣਾ ਸੀ ਇਹਨਾਂ ਨੇ, ਨਾਮਦੇਵ ਨੇ ਮੰਦਰ ਜਾ ਕੇ ਰੱਬ ਨੂੰ ਦੁੱਧ ਪਿਆਉਣ ਦੀ ਕੋਸ਼ਿਸ਼ ਕੀਤੀ ਜਾ ਕੇ। ਪੁਜਾਰੀ ਵਰਗ ਤੇ ਸ਼ੂਦਰ ਨੂੰ ਪੈਰ ਪੁੱਟਣ ਦੀ ਦਿੰਦਾ ਮੰਦਰ ਵੱਲ ਨੂੰ, ਨਾਮਦੇਵ ਦੀ ਜ਼ਰੂਰਤ ਪੈ ਗਈ ਸੀ ਵੀ ਉੱਧਰ ਜਾਵਾਂ। ਨਾਲੇ ਦੂਜੀ ਵਿਚਾਰ ਹੋਰ ਸੁਣਿਓ, ਇੱਕ ਕਹਾਣੀ ਪ੍ਰਚਲਿਤ ਕਰੀ ਕਿ ਨਾਮਦੇਵ ਜੀ ਦੇ ਪਿਤਾ ਦਾਮ ਚੇਸ਼ਟੀ ਘਰ ਘਰ ਵਿੱਚ ਨਹੀਂ ਸੀ, ਦਾਮ ਸੇਟੀ ਘਰ ਨਹੀਂ ਸੀਗੇ। ਉਹ ਕਹਿਣ ਲੱਗੇ ਨਾਮਦੇਵ ਠਾਕੁਰ ਨੂੰ ਦੁੱਧ ਪਿਆ ਦੇ। ਕਹਿ ਕੇ ਚਲੇ ਗਏ, ਕਹਿੰਦੇ ਨਾਮਦੇਵ ਆਪਣੇ ਠਾਕੁਰ ਨੂੰ ਦੁੱਧ ਪਿਆਉਣ ਵਾਸਤੇ ਮਨਾਉਣ ਲੱਗ ਪਿਆ। ਫਿਰ ਜਾ ਕੇ ਕਹਿੰਦੇ ਮਸਾਂ ਜਾ ਕੇ ਮਨਾ ਕੇ ਠਾਕੁਰ ਦੁੱਧ ਪਿਆ ਨਾਮਦੇਵ। ਹੁਣ ਜਿਹੜੀ ਭਾਈ ਗੁਰਦਾਸ ਨੇ ਵਾਰ ਜ਼ਿਕਰ ਕੀਤੀ, ਇਹ ਤੇ ਭਾਈ ਗੁਰਦਾਸ ਨੇ ਉਹ ਗੱਲ ਕੀਤੀ ਆ ਵੀ ਜਿਹਦੇ ਵਿੱਚ ਲੋਕਾਂ ਨੇ ਇਹ ਗੱਲ ਨੂੰ ਪ੍ਰਚਲਿਤ ਕੀਤਾ, ਲੋਕਾਂ ਦੇ ਮੂੰਹ ਚੜੀ ਹੋਈ ਗੱਲ ਭਾਈ ਗੁਰਦਾਸ ਨੇ ਦੱਸੀ ਹੈ। ਹਾਂ ਇਹ ਗੱਲ ਜ਼ਰੂਰ ਆਪਾਂ ਅਕਸਰ ਪੜ੍ਹਦੇ, ਭੋਲੇ ਭਾਏ ਮਿਲੇ ਰਗੜਾਇਆ ਬਾਣੀ ਸ਼ਬਦ ਆਉਂਦਾ ਹੈ, ਭੋਲਾ ਪਾਓ ਗੋਬਿੰਦ ਮਲਾਵੈ। ਭੋਲਾ ਪਾ ਕਿਹਨੂੰ ਕਹਿੰਦੇ? ਨਿਆਣਿਆਂ ਨੂੰ, ਨਿਆਣਿਆਂ ਨੂੰ ਭੋਲਾ ਪਾ ਨਹੀਂ, ਭੋਲਾ ਪਾ ਦਾ ਇੱਥੇ ਅਰਥ ਹੈ ਜਿਹਦੇ ਵਿੱਚ ਚਲਾਕੀਆਂ ਨਾ ਹੋਣ। ਭੋਲਾ ਪਾ ਦਾ ਅਰਥ ਹੈ ਜਿਸ ਵਿੱਚ
ਫਰੇਬ ਨਾਂ ਦੀ ਕੋਈ ਚੀਜ਼ ਨਹੀਂ, ਠੱਗੀ ਚਲਾਕੀ ਈਰਖਾ ਆਦਿਕ ਚੀਜ਼ਾਂ ਬੁਰਾਈਆਂ ਨਹੀਂ ਹੈ, ਭੋਲਾ ਭਾਵ ਉਹਨੂੰ ਕਹਿੰਦੇ ਨੇ। ਕਿੰਨੀ ਕੁ ਉਮਰ ਸੀ ਭਗਤ ਨਾਮਦੇਵ ਜੀ ਦੀ ਜਦੋਂ ਦੁੱਧ ਪਿਆਉਂਦੇ ਸੀ? 7 ਸਾਲ ਦੀ। 7 ਸਾਲ ਦਾ ਬੱਚਾ ਤੇ ਸਮਝਦਾ ਹੀ ਹੈ ਨਾ ਇਸ ਗੱਲ ਨੂੰ ਵੀ ਇਹ ਤੇ ਭਈ ਮੂਰਤੀ ਹੈ, ਇਹਨੇ ਕੀ ਖਾ ਲੈਣਾ। ਆ ਨਿੱਕੇ ਨਿੱਕੇ ਬੱਚੇ ਤੁਸੀਂ ਵੇਖੇ ਹੋਣੇ ਘਰਾਂ 'ਚ ਖੇਡਦੇ ਨਾ, ਘਰ ਘਰ ਖੇਡਦੇ, ਤੋ ਬੱਚੀਆਂ ਨੇ ਕਰਨਾ ਵੀ ਆਟੇ ਦੀ ਨਿੱਕੀ ਜਿਹੀ ਰੋਟੀ ਬਣਾ ਲੈਣੀ ਤੇ ਆਪਣੀ ਗੁੱਡੀ ਨੂੰ ਚੁੱਕੀ ਫਿਰਨਾ, ਨਿੱਕੇ ਜੇ ਡੋਲ ਨੂੰ ਚੁੱਕੀ ਫਿਰਨਾ ਤੇ ਉਹਦੇ ਮੂੰਹ 'ਚ ਬੁਰਕੀਆਂ ਪਾਉਣੇ ਤੇ ਨਾਲ ਦੇ ਹੱਸਣਾ, ਇਹ ਕਿਹੜਾ ਖਾਂਦੀ ਆ। ਹੁਣ ਇਹ ਬੱਚੇ ਤੇ ਆਮ ਘਰਾਂ 'ਚ ਹੀ ਘਰ ਏਦਾਂ ਖੇਡਦੇ ਨੇ ਨਾ, ਤੇ ਉਹ ਇੱਕ ਦੂਜੇ ਨੂੰ ਕਹਿਣ ਲੱਗੀ ਮੈਂ ਆਪਣੀ ਡੋਲ ਨੂੰ ਨਾ ਆਪਣੀ ਗੁੱਡੀ ਨੂੰ ਇਹ ਖਾਣਾ ਰੋਟੀ ਖਵਾਉਂਦੀ ਆ, ਤੂੰ ਨਾਲ ਦੀਆਂ ਕੁੜੀਆਂ ਹੱਸਦੀਆਂ ਕਹਿਣ ਲੱਗੀਆਂ ਲੈ ਤੂੰ ਤੇ ਪਾਗਲ ਇਹ ਕਿਹੜਾ ਖਾਂਦੀ ਆ। ਉਹ ਜੇ ਨਿੱਕੀਆਂ ਨਿੱਕੀਆਂ ਬੱਚੀਆਂ ਇਹ ਗੱਲ ਜਾਣਦੇ ਵੀ ਮੂਰਤੀ ਕਿਹੜਾ ਖਾਏਗੀ? ਨਾਮਦੇਵ 7 ਸਾਲ ਦੇ ਨੇ, ਕਿ ਨਾਮਦੇਵ ਨੂੰ ਵੀ ਪਤਾ ਵੀ ਇਹਨੇ ਨਹੀਂ ਖਾਣੀ। ਕਬੀਰ ਸਾਹਿਬ ਨੇ ਖੁਦ ਬਾਣੀ 'ਚ, ਕਬੀਰ ਸਾਹਿਬ ਨੇ ਜਦੋਂ ਆਪਣੀ ਬਾਣੀ ਉਚਾਰਨ ਕੀਤੀ ਹੈ ਉਹਨਾਂ ਨੇ ਖੁਦ ਬਾਣੀ ਜ਼ਿਕਰ ਕੀਤਾ ਹੈ। ਉਹ ਕਹਿ ਲੱਗੇ ਵੀ ਲਾਭ ਲੈ ਭਰ ਲਾਭ ਸੀ ਕਰਕਸਾ ਕਰਕਰਾ ਕਸਾਰ, ਭੋਗਣ ਹਾਰੇ ਭੋਗਿਆ ਸਮੂਰਤ ਕੇ ਮੁਖਸ਼ਾ। ਉਹ ਕਹਿੰਦੇ ਵੀ ਬਣਾਉਣ ਵਾਲੇ ਨੇ ਕਸਾਰ ਬਣਾਈ, ਕੜਾਹ ਬਣਾਇਆ, ਮੂਰਤੀ ਦੇ ਮੂੰਹ ਨੂੰ ਲਾ ਦਿੱਤਾ, ਫਿਰ ਝਾੜ ਦਿੱਤਾ, ਫਿਰ ਉੱਥੇ ਸਵਾਹ ਲਾ ਦਿੱਤੀ ਵੀ ਇਹਨੂੰ ਮਿੱਠਾ ਲੱਗਾ ਹੈ, ਕਦੇ ਕੀੜੀਆਂ ਨਾ ਚੜ ਜਾਣ, ਦਾ ਮੂੰਹ ਝਾੜਤਾ ਮੂਰਤੀ ਦਾ ਤੇ ਖਾਣ ਵਾਲਾ ਖਾ ਗਿਆ, ਜਿਹਨੇ ਖਾਣਾ ਸੀ ਉਹ ਖਾ ਗਿਆ, ਮੂਰਤੀ ਨੇ ਨਹੀਂ ਖਾਧਾ। ਹੁਣ ਕਬੀਰ ਸਾਹਿਬ ਨੇ ਆਖਿਆ ਨਾ ਬਾਣੀ ਸ਼ਬਦ ਵਰਤਿਆ, ਉਹ ਕਹਿੰਦੇ ਜੇ ਇਹ ਸੱਚ ਨੇ, ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ, ਜੇ ਹੋਰ ਸੱਚੀ ਤੇ ਹੋਰ ਸੁਣ ਲਓ। ਕਹ ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਲਈ, ਆਪੇ ਮੰਗ ਕੇ ਲੈ ਲਏ, ਹਜੇ ਇਹਨੇ ਭੁੱਖ ਲੱਗੀ ਤੇ ਮੰਗ ਕੇ ਲੈ ਲਿਆ ਭਲਾ, ਇਹ ਗੱਲਾਂ ਸੀਗੀਆਂ। ਹੁਣ ਭਗਤ ਨਾਮਦੇਵ ਕਬੀਰ ਸਾਹਿਬ ਵਰਗੇ ਐਸੇ ਮਹਾਨ ਗੁਰਮੁਖ ਪਿਆਰੇ ਜਿਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਇੱਕ ਥਾਂ ਇਕੱਠੀ ਕਰ ਦਿੱਤੀ। ਇਹ ਨਹੀਂ ਵੀ ਨਾਮਦੇਵ ਕੁਛ ਹੋਰ ਕਹਿ ਰਹੇ, ਕਬੀਰ ਸਾਹਿਬ ਕੁਛ ਹੋਰ ਕਹਿ ਰਹੇ, ਜੋ ਨਾਮਦੇਵ ਜੀ ਦੀ ਵਿਚਾਰਧਾਰਾ ਕਬੀਰ ਸਾਹਿਬ ਦੀ ਵੀ ਉਵੇਂ ਦੀ ਹੈ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਗੁਰੂ ਸਾਹਿਬਾਂ ਦੀ ਵਿਚਾਰਧਾਰਾ ਵੀ ਇੱਕੀ ਹੈ। ਇਸ ਕਰਕੇ ਕਹਿੰਦੇ ਨੇ ਵੀ ਨਾਮਦੇਵ ਜੀ ਨੇ ਆਪਣੇ ਬਾਪ ਦਾ ਕਹਿਣਾ ਮੰਨ ਕੇ ਵੀ ਦੁੱਧ ਦੁੱਧ ਪਿਆ ਤਾ ਉਸ ਭਗਵਾਨ ਨੂੰ ਮੂਰਤੀ ਨੂੰ ਕਿ ਦੁੱਧ। ਪਰ ਵੇਖੋ ਭਗਤ ਨਾਮਦੇਵ ਘਰ 'ਚ ਕਿਹੜੀ ਮੂਰਤੀ ਦੀ ਪੂਜਾ ਕਰਦੇ ਸੀਗੇ, ਵੀ ਕਿਹੜੀ ਮੂਰਤੀ ਰੱਖੀ ਸੀ? ਇੱਕ ਪਾਸੇ ਨਾਮਦੇਵ ਜੀ ਖੁਦ ਕਹਿ ਰਹੇ ਨੇ ਵੀ ਜਿੱਧਰ ਜਾਉਂ ਤਤ ਬੀਠਲ ਭੈਲਾ, ਮਹਾ ਆਨੰਦ ਕਰੇ ਸਦ ਅਕੇਲਾ, ਸਾਰੇ ਪਾਸੇ ਮੇਰਾ ਮਾਲਕ ਖੇਡਾਂ ਖੇਡਦਾ ਪਿਆ, ਮੈਂ ਜਿੱਥੇ ਵੇਹਨਾ ਉੱਥੇ ਹੀ ਉਹ ਹੈ। ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਮੋਹਿਤ ਬਿਰਲਾ, ਬੂਝੇ ਕੋਈ ਸਭ ਕੋ ਬਿੰਦ ਹੈ, ਸਭ ਕੋ ਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਮੇਰੇ ਤੋਂ ਬਿਨਾਂ, ਮੈਨੂੰ ਤੇ ਦੱਸਦਾ ਵੀ ਸਾਰੇ ਪਾਸੇ ਗੋਬਿੰਦ ਹੈ, ਗੋਬਿੰਦ ਤੋਂ ਬਿਨਾਂ ਮੈਨੂੰ ਕੁਛ ਦਿਖਾਈ ਦਿੰਦਾ ਹੀ ਨਹੀਂ, ਸਾਰੇ ਪਾਸੇ ਹੈ। ਤੇ ਫਿਰ ਭਗਤ ਨਾਮਦੇਵ ਜੀ ਨੂੰ ਜੇ ਸਾਰੇ ਪਾਸੇ ਰੱਬ ਦਿਸਦਾ ਆ ਤੇ ਘਰ ਵਿੱਚ ਮੂਰਤੀ ਬਣਾ ਕੇ ਰੱਬ ਦੇਖਣ ਦੀ ਕੀ ਲੋੜ ਸੀ? ਘਰ ਵਿੱਚ ਮੂਰਤੀ ਬਣਾਉਣ ਦੀ, ਨਾਲੇ ਸ਼ੂਦਰ ਨੂੰ ਘਰ ਵਿੱਚ ਭਗਵਾਨ ਠਾਕੁਰ ਰੱਖਣ ਦੀ ਅਨੁਮਤੀ ਕਿਹਨੇ ਦਿੱਤੀ? ਸ਼ੂਦਰ ਤੇ ਦਿੰਦਾ ਹੀ ਨਹੀਂ, ਸ਼ੂਦਰ ਨੂੰ ਤਾਂ ਦਿੰਦਾ ਹੀ ਨਹੀਂ ਬ੍ਰਾਹਮਣ ਵੀ ਤੂੰ ਆਪਣੇ ਘਰ 'ਚ ਠਾਕੁਰ ਰੱਖ ਲੈ, ਨਹੀਂ ਸੀ ਰੱਖਣ ਦਿਓਗੇ, ਨਹੀਂ ਸੀ ਰੱਖਣ ਦਿੰਦੇ ਹੋ। ਇਸ ਕਰਕੇ ਨਾਮਦੇਵ ਨੇ ਜਿਹੜਾ ਦੁੱਧ ਪਿਆਇਆ ਆ, ਜਿਵੇਂ ਮੈਂ ਜ਼ਿਕਰ ਪਹਿਲਾਂ ਸਾਖੀਆਂ ਆਪ ਨਾਲ ਸਾਂਝੀਆਂ ਕੀਤੀਆਂ ਨੇ ਸੰਖੇਪ ਟੂਕ ਮਾਤਰ, ਵੀ ਜਿੱਦਾਂ ਕੋਈ ਆਪਣੇ ਸਤਿਗੁਰੂ ਪਿਆਰੇ ਇਸ਼ਟ ਨੂੰ ਯਾਦ ਕਰਦਾ ਆ ਤੇ ਉਹਨੂੰ
ਹਾਜ਼ਰ ਹੋ ਕੇ ਉਹ ਪੀ ਲੈਂਦਾ। ਏਦਾਂ ਹੀ ਨਾਮਦੇਵ ਜੀ ਆਪਣੇ ਹੋ ਸਕਦਾ ਇਸ਼ਟ ਨੂੰ ਆਪਣੇ ਮਾਲਕ ਨੂੰ ਯਾਦ ਕਰਦੇ ਨੇ, ਦੁੱਧ ਪਿਆਉਣ ਦੀ ਗੱਲ ਕਰਦੇ ਨੇ। ਦੁੱਧ ਪਿਓ ਗੋਬਿੰਦ ਰਾਏ, ਹੇ ਮੇਰੇ ਮਾਲਕ ਹੇ ਗੋਬਿੰਦ, ਹੇ ਜਿਹੜੇ ਗੋਬਿੰਦ ਦੀ ਗੱਲ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਸੇ ਗੋਬਿੰਦ ਨੂੰ ਦੁੱਧ ਪਿਆਉਂਦੇ ਪਏ ਨੇ ਸਾਰੇ ਥਾਵਾਂ ਰਮੇ ਹੋਏ ਗੋਬਿੰਦ ਨੂੰ। ਜੀ ਇੱਕ ਬੇਨਤੀ ਹੋਰ ਦੱਸ ਦਿੰਦਾ ਤੁਹਾਨੂੰ, ਜੇ ਨਾਮ ਨਾਮਦੇਵ ਜੀ ਨੇ ਘਰ ਚ ਮਨ ਨੂੰ ਠਾਕੁਰ ਰੱਖ ਲਿਆ, ਘਰ ਚ ਪੂਜਾ ਕਰਦੇ ਨੇ ਨਾਮਦੇਵ ਜੀ, ਕਿਸੇ ਠਾਕੁਰ ਦੀ ਪੂਜਾ ਕਰਦੇ, ਪਰ ਨਾਮਦੇਵ ਨੇ ਜਦੋਂ ਆਪਣਾ ਘਰ ਨਵਾਂ ਬਣਵਾਇਆ, ਛੰਨ ਬਣਾਈ, ਉੱਥੇ ਉਹ ਕਿਤੇ ਜ਼ਿਕਰ ਨਹੀਂ ਕਰਦੇ ਵੀ ਜਦੋਂ ਮੈਂ ਆਪਣੇ ਘਰ ਦਾ ਸਾਰਾ ਘਰ ਬਣਵਾ ਲਿਆ ਤੇ ਮੈਂ ਹੁਣ ਇਹ ਘਰ ਕਿੰਨੇ ਬਣਾਇਆ। ਪੁੱਛਣ ਵਾਲੀ ਪੜੋਸ ਨੂੰ ਪੁੱਛਦੀ ਸੀ ਤੇ ਨਾਮਦੇਵ ਕਹਿੰਦਾ ਮੇਰੇ ਪਰਮਾਤਮਾ ਨੇ ਬਣਾਇਆ, ਕਿਉਂਕਿ ਬਣਾਇਆ ਬੰਦਿਆਂ ਨਹੀਂ ਹੈ, ਬਣਾਇਆ ਬੰਦਿਆਂ ਨਹੀਂ ਹੈ ਨਾਮਦੇਵ ਦਾ ਘਰ, ਜਿਹੜੇ ਨਾਮਦੇਵ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਨੇ ਘਰ ਬਣਾਇਆ ਆ। ਪਰ ਯਾਦ ਰੱਖਣਾ ਨਾਮਦੇਵ ਉਹਨਾਂ ਵਿੱਚ ਵੀ ਰੱਬ ਦੇਖਦਾ ਆ। ਉਹ ਕਹਿੰਦੇ ਵੀ ਬੇਟੀ ਪ੍ਰੀਤ ਮਜ਼ੂਰੀ ਮੰਗ, ਸਭ ਅੰਤਰ ਸਭ ਠਾਈ ਹੋ, ਮੇਰਾ ਬੇਟੀ ਮੇਰਾ ਤਰਖਾਣ ਮੇਰਾ ਮਿਸਤਰੀ ਐਸਾ ਆ, ਸਭ ਅੰਤਰ ਸਾਰਿਆਂ ਵਿੱਚ ਹੈ, ਸਭ ਠਾਈ ਹੋ, ਸਾਰਿਆਂ ਥਾਵਾਂ ਤੇ ਹੈ। ਫਿਰ ਇੱਥੇ ਨੀ ਉਹ ਕਹਿੰਦੇ ਮੈਂ ਜੇ ਮੇਰਾ ਘਰ ਨਵਾਂ ਬਣ ਗਿਆ ਤੇ ਪਹਿਲਾਂ ਮੇਰੇ ਪੁਰਾਣੇ ਘਰ ਚ ਮੂਰਤੀ ਕੱਢ ਕੇ ਲਿਆ ਕੇ ਥਾਪੜ ਕਰੋ ਇੱਥੇ, ਨਹੀਂ ਕੋਈ ਗੱਲ ਹੀ ਨਹੀਂ ਕਰਦੇ ਇਹੋ ਜਿਹੀ, ਨਾਲੇ ਅਧਿਕਾਰ ਨਹੀਂ ਰੱਖਣ ਦਾ ਵੀ। ਆਪਾਂ ਤੇ ਅੱਜ ਦੇ ਦੌਰ ਦਾ ਵੇਖੀਏ ਨਾ ਹਾਲਾਤ, ਅੱਜ ਦੇ ਦੌਰ ਵਿੱਚ ਵੀ ਸ਼ੂਦਰ ਨੂੰ ਡੰਡੇ ਮਾਰ ਕੇ ਬੰਨ ਕੇ ਮਾਰਿਆ ਰਹਿੰਦਾ ਵੀ ਤੁਸੀਂ ਭਾਈ ਮੰਦਰ ਚ ਆਏ ਕੀ ਲੈਣ। ਆ ਤੁਸੀਂ ਵੇਖ ਲਓ ਵੱਡੇ ਵੱਡੇ ਮੰਦਰਾਂ ਵਿੱਚ ਸ਼ੂਦਰ ਜਾਤ ਵਾਲੇ ਭਿਖਾਰੀ ਬਾਹਰ ਦਰਵਾਜ਼ੇ ਚ ਪੌੜੀਆਂ ਚ ਬੈਠੇ ਨੇ, ਪਰ ਉਹ ਅੰਦਰ ਨਹੀਂ ਜਾ ਸਕਦੇ, ਅਧਿਕਾਰੀ ਨਹੀਂ ਹੈ। ਮੰਗਣ ਵਾਲੇ ਦਰਵਾਜ਼ੇ ਤੇ ਬੈਠੇ ਨੇ, ਉਹਨਾਂ ਨੂੰ ਅਧਿਕਾਰ ਨਹੀਂ, ਗਾਂ ਚਲੇ ਜਾਓ, ਕਿਉਂਕਿ ਉਹਨਾਂ ਨੂੰ ਪਤਾ ਵੀ ਅੱਗੇ ਸਾਡੀ ਮੌਤ ਖੜੀ ਹੈ, ਮਾਰ ਦੇਣਗੇ ਜਾਨੋ ਸਾਨੂੰ ਅੰਦਰ ਵੜਨ ਤੇ। ਤੁਸੀਂ ਇੱਥੋਂ ਦਾ ਅੰਦਾਜ਼ਾ ਲਾ ਲਓ, 1939 ਚ ਘਟਨਾ ਵਾਪਰਦੀ ਹੈ। 1939 ਵਿੱਚ ਰਵਿਦਾਸੀ ਸਿੱਖਾਂ ਨੇ ਇੱਕ ਗੁਰਦੁਆਰਾ ਬਣਾ ਲਿਆ ਉਸ ਪਿੰਡ ਵਿੱਚ। ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ ਆ ਭਗਤ ਨਾਮਦੇਵ ਜੀ ਦੀ ਭਾਗ ਤੀਜਾ ਵਿੱਚ ਭਗਤ ਬਾਣੀ ਵਿੱਚ, ਜਦੋਂ ਭਗਤ ਨਾਮਦੇਵ ਜੀ ਦੇ ਬਾਰੇ ਭੁਲੇਖਿਆਣਾ ਦੂਰ ਕਰਦੇ ਨਾ ਭਗਤ ਪ੍ਰੋਫੈਸਰ ਸਾਹਿਬ ਸਿੰਘ, ਉੱਥੇ ਉਦਾਹਰਨ ਦੇ ਵੀ ਕਹਿੰਦੇ 1939 ਵਿੱਚ ਇੱਕ ਪਿੰਡ ਵਿੱਚ ਰਵਿਦਾਸੀ ਸਿੱਖਾਂ ਨੇ ਗੁਰਦੁਆਰਾ ਬਣਵਾ ਲਿਆ, ਉੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਿਆ ਕੇ ਪ੍ਰਕਾਸ਼ ਕਰਤਾ, ਪਿੰਡ ਵਾਲਾਂ ਚ ਲੜਾਈ ਹੋਈ, ਉੱਚੀ ਜਾਤ ਵਾਲੇ ਜੱਟਾਂ ਵਿੱਚ ਕਹਿਣ ਲੱਗੇ ਜੱਟਾਂ ਵਿੱਚ, ਤੇ ਉਹਨਾਂ ਵਿੱਚ ਬੜੀ ਲੜਾਈ ਹੋਈ। ਪੁੱਛਿਆ ਗਿਆ ਕਾਰਨ ਕੀ ਹੈ ਲੜਾਈ ਦਾ, ਕਾਰਨ ਦੱਸੋ ਲੜਾਈ ਦਾ। ਕਾਰਨ ਇਹ ਵੀ ਕਹਿੰਦੇ ਉੱਚ ਜਾਤੀਏ ਕਹਿੰਦੇ ਨੇ ਵੀ ਇੰਨਾ ਨੀਵੀਂ ਜਾਤ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਭੇਟ ਦਿੱਤਾ, ਨੀਵੀਂ ਜਾਤ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਲੈਂਦਾ ਤੇ ਭੇਟਿਆ ਗਿਆ ਗੁਰੂ ਗ੍ਰੰਥ ਸਾਹਿਬ। ਸੋਚ ਦੇਖੋ ਹੁਣ ਜੇ 1939 ਵਿੱਚ ਵੀ ਲੋਕਾਂ ਵਿੱਚ ਨੀਵੀਂ ਜਾਤ ਵਾਲਿਆਂ ਨਾਲ ਇੰਨੀ ਘਿਰਣਾ ਆ ਤੇ ਭਗਤਾਂ ਵੇਲੇ ਕਿੰਨੀ ਹੋਵੇਗੀ। ਹੋਰ ਸੁਣੋ 1921 ਦੇ ਵਿੱਚ, 1921 ਦੇ ਲਗਭਗ ਦੇ ਕਰੀਬ ਦੀ ਘਟਨਾ, ਇੱਕ ਫੌਜੀ ਅਫਸਰ ਅੰਮ੍ਰਿਤਸਰ ਸਾਹਿਬ ਆਉਂਦਾ ਆ
ਆਉਂਦਾ ਤੇ ਉਹ ਹੈ ਉਹ ਵੀ ਰੰਗਰੇਟਾ ਸਿੱਖ ਸੀਗਾ, ਪੁਜਾਰੀਆਂ ਨੇ ਹਰਿਮੰਦਰ ਸਾਹਿਬ ਨਹੀਂ ਵੜਨ ਦਿੱਤਾ ਕਿ ਤੂੰ ਛੂਦਰਿਆ, ਤੂੰ ਛੂਦਰਿਆ। ਅਗਲਾ ਉਸੇ ਵੇਲੇ ਈਸਾਈ ਬਣ ਕੇ ਈਸਾਈ ਦੀ ਟੋਪੀ ਪਾ ਕੇ ਆ ਗਿਆ, ਉਹ ਸਲੂਟ ਕਰਨ ਲੱਗ ਪਏ ਪੁਜਾਰੀ ਜਿਹੜੇ ਸੀਗੇ। ਉਹ ਫਿਰ ਖਰੀਆਂ ਸੁਣਾ ਕੇ ਜਾਂਦਾ, ਬੰਦਾ ਉਹੀ ਹੁੰਦਾ ਆ, ਬਸ ਥੋੜਾ ਧਰਮ ਤਬਦੀਲ ਕਰ ਗਿਆ ਆਪਣਾ। ਹੁਣ ਇਹ ਨਾਮ ਕਬੀਰ ਸਾਹਿਬ ਵਰਗਿਆਂ ਨੇ ਜਦੋਂ ਅੱਗੇ ਲਾਏ ਪਾਂਡੇ, ਫਿਰ ਭੱਜਦੇ ਕਿਉਂ ਸੀ? ਵੀ ਮੈਨੂੰ ਦੱਸੋ ਵੀ ਜੇ ਛੂਦਰਿਆਂ ਤੇ ਕਿਹੜੀ ਗੱਲੋਂ ਛੂਦਰਿਆਂ? ਸਾਡੇ ਮੱਥੇ ਤੇ ਲਿਖਿਆ ਛੂਦਰਿਆਂ ਸੀ, ਜਵਾਬ ਦੇ ਕੇ ਜਾਓ। ਜਾਂ ਤਾਂ ਮੰਨੋ ਵੀ ਇਸ ਗੱਲ ਚ ਵੀ ਜਿਹੜੇ ਸ਼ੂਦਰ ਹੁੰਦੇ ਉਹਨਾਂ ਦੇ ਸਰੀਰ ਵਿੱਚ ਖੂਨ ਅਤੇ ਸਾਡੇ ਸਰੀਰ ਚ ਦੁੱਧ ਹੁੰਦਾ ਆ, ਮੰਨ ਕੇ ਜਾਓ। ਕਹੋਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ, ਜਵਾਬ ਕੋਈ ਨੀ ਸੀ, ਕਿਹਨੂੰ ਜਵਾਬ ਦਿੰਦੇ ਹੋ? ਉਹ ਕਹਿੰਦੇ ਵੀ ਕਬੀਰ ਵਰਗੇ ਨਾਮ ਦੇ ਵਰਗੇ ਨੂੰ ਜਵਾਬ ਦੇਣ ਨਾਲ ਚੰਗਾ ਉਹਨੂੰ ਜਨਮ ਮਾਰ ਦੋ। ਕਬੀਰ ਨੂੰ ਤਸੀਹੇ ਦਿੰਦੇ ਰਹੇ, ਨਾਮਦੇਵ ਨੂੰ ਦਿੰਦੇ ਰਹੇ। ਉਹ ਸ਼ਬਦ ਅੱਗੇ ਆਪਾਂ ਵਿਚਾਰਾਂਗੇ, ਥੋੜੇ ਸ਼ਬਦ ਅੱਗੇ ਆਉਣ ਵਾਲਾ ਭਗਤ ਨਾਮਦੇਵ ਜੀ ਦਾ, ਜਿਹਦੇ ਚ ਭਗਤ ਨਾਮਦੇਵ ਨੂੰ ਤਸੀਹੇ ਦਿੰਦੇ ਨੇ। ਹੁਣ ਇੱਥੇ ਜ਼ਿਕਰ ਵੇਖੋ, ਕਹਿੰਦੇ ਗੋਬਿੰਦ ਨੇ ਦੁੱਧ ਪਿਆਉਣਾ ਨੇ ਭਗਤ ਨਾਮਦੇਵ, ਉਹ ਕਹਿੰਦੇ ਮੇਰੇ ਮਾਲਕ ਜੀ ਦੁੱਧ ਪੀ ਲਓ। ਭਾਵ ਕਿ ਜਿੱਥੇ ਵੀ ਭਾਵੇਂ ਨਾਮਦੇਵ ਨੇ ਦੁੱਧ ਆਪ ਵੀ ਪੀਤਾ, ਭਾਵੇਂ ਕਿਸੇ ਨੂੰ ਪਿਆਇਆ ਹੋਵੇ, ਭਾਵੇਂ ਕਿਸੇ ਲੋੜਵੰਦ ਨੂੰ ਪਿਆਇਆ ਹੋਵੇ, ਪਰ ਸ਼ਬਦ ਵਰਤਦੇ ਨੇ ਕਿ ਮਾਲਕ ਜੀ ਮੈਂ ਆਪਣੇ ਗੋਬਿੰਦ ਨੂੰ, ਆਪਣੇ ਰਮੇ ਹੋਏ ਮਾਲਕ ਨੂੰ ਦੁੱਧ ਪਿਆਇਆ। ਦੁੱਧ ਪੀਓ ਗੋਬਿੰਦ ਰਾਏ, ਦੁੱਧ ਪੀਓ, ਮੇਰੋ ਮਨ ਪਤੀ ਆਏ, ਮੇਰਾ ਮਨ ਮੈਨੂੰ, ਮੇਰੇ ਮਨ ਨੂੰ ਹੋਰ ਯਕੀਨ ਆ ਜਾਏਗਾ, ਮੇਰੇ ਮਨ ਵਿੱਚ ਹੋਰ ਵਿਸ਼ਵਾਸ ਵੱਧ ਜਾਏਗਾ, ਮੇਰੇ ਮਾਲਕ ਤੂੰ ਦੁੱਧ ਪੀ ਕਿ ਤੂੰ ਹਰ ਜਗ੍ਹਾ ਤੇ ਹੈ। ਪਰ ਅਕਾਲ ਪੁਰਖ ਦੇ ਪੁਜਾਰੀ ਨੇ ਭਗਤ ਨਾਮਦੇਵ, ਕਿਸੇ ਇੱਕ ਦੇ ਦੇਵੀ ਦੇ ਨਹੀਂ, ਕਿਸੇ ਕੋ ਉਪਾਸ਼ਕ ਦੇ ਨਹੀਂ। ਹੁਣ ਇਸ ਸ਼ਬਦ ਵਿੱਚ ਕੁਝ ਐਸੀਆਂ ਪੰਕਤੀਆਂ ਵੀ ਆਉਣਗੀਆਂ, ਆਪਾਂ ਨਿੱਕੀ ਨਿੱਕੀ ਕਰਕੇ ਵਿਚਾਰਾਂ ਕੋਸ਼ਿਸ਼ ਕਰਾਂਗੇ। ਹੁਣ ਕਹਿੰਦੇ ਨਾਹੀ ਟੋਕ ਨਾਹੀ ਤਾਂ ਘਰ ਕੋ ਬਾਪ ਰਿਸਾਏ। ਘਰ ਕੋ ਬਾਪ ਕੀ ਹੈ ਭਾਈ? ਘਰ ਵਾਲਾ ਬਾਪ ਕਿਹੜਾ ਆ? ਬਾਪ ਮੇਰਾ ਬਾਪ ਰੁਸ ਜਾਏਗਾ। ਨਾਮਦੇਵ ਕਹਿੰਦਾ ਮੇਰਾ ਬਾਪ ਰੁਸ ਦੁੱਧ ਪੀ ਲੈ। ਘਰ ਕੋ ਬਾਪ, ਬਾਣੀ ਚ ਬਹੁਤ ਸ਼ਬਦ ਐਸੇ ਹੁੰਦੇ ਨੇ ਜਿਹ ਚ ਕਿਹਾ ਗਿਆ ਹੈ ਵੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਘਰ ਭਾਵ ਕਿ ਹਿਰਦਾ ਰੂਪੀ ਘਰ ਵਿੱਚ। ਰਸਾਏ ਸ਼ਬਦ ਦਾ ਅਰਥ ਸੀ ਕਿ ਰੁਸ ਜਾਣਾ। ਰਸਾਏ ਦਾ ਅਰਥ ਰੁਸਣਾ ਨਹੀਂ ਆ, ਜਾਂ ਤੇ ਸ਼ਬਦ ਹੁੰਦਾ ਰਸਾਏ, ਰਾਰੇ ਨੂੰ ਔਂਕੜ, ਰਸਾਏ ਰੁਸ ਗਿਆ। ਸ਼ਬਦ ਹੈ ਰਸਾਏ, ਰਾਰੇ ਨੂੰ ਸਿਆਰੀ, ਰਸਾਏ ਰਸਾਏ ਦਾ ਫਿਰ ਦੁਖੀ ਹੋਣਾ। ਇੱਕ ਸ਼ਬਦ ਭਗਤ ਕਬੀਰ ਸਾਹਿਬ ਦਾ ਹੁੰਦਾ, ਨਾਤਰ ਖਰਾ ਰਿਸੇ ਹੈ ਰਾਏ, ਨਹੀਂ ਤਾਂ ਮੇਰਾ ਮਾਲਕ ਮੇਰੇ ਤੋਂ ਦੁਖੀ ਹੋਏਗਾ। ਹੁਣ ਇੱਥੇ ਕਹਿੰਦੇ ਨੇ ਨਾਹੀਂ ਤਾਂ ਘਰ ਕੋ ਬਾਪ ਰਸਾਏ, ਕਹਿਣ ਲੱਗੇ ਮਾਲਕ ਦੁੱਧ ਪੀ, ਨਹੀਂ ਤੇ ਮੇਰਾ ਮਨ, ਮੇਰਾ ਹਿਰਦਾ ਦੁਖੀ ਹੋ ਜਾਏਗਾ, ਮੇਰਾ ਹਿਰਦੇ ਰੂਪੀ ਘਰ ਅੰਦਰ ਜਿਹੜਾ ਮੇਰਾ ਮਾਲਕ ਬੈਠਾ ਦੁਖੀ ਹੋਵੇਗਾ। ਭਾਵ ਕਿ ਮੇਰਾ ਮਨ, ਜਦੋਂ ਤੂੰ ਦੁੱਧ ਨਹੀਂ ਮੇਰੇ ਮਾਲਕ ਪੀਵੇਂਗਾ ਤੇ ਮੇਰਾ ਮਨ ਪਰੇਸ਼ਾਨ ਹੋਵੇਗਾ, ਮੇਰਾ ਮਨ ਦੁਖੀ ਹੋਵੇਗਾ। ਸ਼ਬਦ ਦਾ ਪਹਿਲਾ ਬਸ ਸੁਣਿਓ, ਦੁੱਧ ਕਟੋਰੇ ਗੜਵੇ ਪਾਣੀ। ਨਾਮਦੇਵ ਕਹਿੰਦੇ ਮੇਰੇ ਮਾਲਕ ਜੀ, ਮੇਰੇ ਕੋਲ ਦੁੱਧ ਇੱਕ ਪਾਸੇ ਦੁੱਧ ਵੀ ਹੈ ਕਟੋਰੇ ਵਿੱਚ, ਤੇ ਗੜੇ ਵਿੱਚ ਮੈਂ ਪਾਣੀ ਵੀ ਪਾਇਆ। ਕਹਿੰਦੇ ਕਪਲ ਗਾਏ ਨਾਮੇ ਦੁਹਿਆ ਨੀ। ਕਪਲ ਗਾਏ ਕਹਿੰਦੇ ਨੇ ਗੋਰੀ ਗਾਂ,
ਉਹਦਾ ਦੁੱਧ ਚੋ ਕੇ ਲਿਆਂਦਾ, ਨਾਮਦੇਵ ਲੈ ਕੇ ਚੱਲੇ, ਮੰਦਰ ਨੂੰ ਚੱਲੇ। ਹੁਣ ਆ ਦੇਖੋ, ਸੋਏ ਨੇ ਕਟੋਰੀ ਅੰਮ੍ਰਿਤ ਭਰੀ, ਸੋਨੇ ਦੀ ਕਟੋਰੀ ਨਾਮਦੇਵ ਨੇ ਭਰੀ ਅੰਮ੍ਰਿਤ ਦੀ। ਅੱਛਾ, ਨਾਮਦੇਵ ਐਡੇ ਹੀ ਅਮੀਰ ਸੀ ਕਿ ਉਹਨਾਂ ਨੇ ਘਰ 'ਚ ਸੋਨੇ ਦੇ ਭਾਂਡੇ ਰੱਖੇ ਸੀ। ਸੁਣਿਓ, ਹੁਣ ਚਲੋ ਇਹ ਗੱਲ ਮੰਨ ਲਈ ਹੈ ਵੀ ਨਾਮਦੇਵ ਕੋਲੋਂ ਚਲੋ ਹੋ ਸਕਦਾ ਵੀ ਕਿਸੇ ਤਰੀਕੇ ਨਾਲ ਉਹਨੇ ਮਾਇਆ ਇਕੱਠੀ ਕਰ ਲਈ ਹੋਊਗੀ, ਸੋਨੇ ਦੀ ਕਟੋਰੀ ਬਣਾ ਲਈ ਹੋਊਗੀ। ਚਲੋ, ਤੇ ਜਦੋਂ ਕੱਪੜੇ ਸੀਨ ਦੀ ਗੱਲ ਕਹਿੰਦੇ ਨੇ, ਉਦੋਂ ਕਹਿੰਦੇ ਨੇ ਸੋਨੇ ਕੀ ਸੂਈ। ਚਲੋ, ਸੋਨੇ ਦੀ ਸੂਈ ਵੀ ਸਕਦੀ ਆ, ਰੂਪੇ ਕਾ ਧਾਗਾ, ਚਾਂਦੀ ਦਾ ਧਾਗਾ, ਇਹ ਕਿਹੜੀਆਂ ਗੱਲਾਂ ਨੇ? ਜੇ ਸੋਨੇ ਦੀ ਸੂਈ ਵਰਤ, ਜੇ ਸੋਨੇ ਕਟੋਰੀ ਵਰਤਦੇ ਨੇ, ਸੋਨੇ ਦੀ ਸੂਈ ਵਰਤਦੇ ਨੇ, ਚਾਂਦੀ ਦਾ ਧਾਗਾ ਵਰਤਦੇ ਨੇ, ਇਹ ਗੱਲਾਂ ਉਹ ਨਹੀਂ ਆ ਜਿਹੜੀਆਂ ਅਸੀਂ ਸਮਝੀ ਜਾਂਦੇ ਨੇ। ਸੋਨੇ ਕਟੋਰੀ ਕਿਹੜੀ ਹੈ? ਸੋਨੇ ਦੀ, ਸੋਨੇ ਵਾਂਗ ਖਰੀ, ਸੋਨੇ ਵਾਂਗ ਸ਼ੁੱਧ ਬਾਣੀ ਅੰਦਰ ਬਹੁਤ ਸ਼ਬਦ, ਬਹੁਤ ਸ਼ਬਦ ਐਸੇ ਜਿਸ ਤੇ ਕੰਚਨ ਕਾਇਆ ਦਾ ਜ਼ਿਕਰ ਹੁੰਦਾ। ਕੰਚਨ ਕਾਇਆ, ਕਾਇਆ ਸੋਨੇ ਵਰਗੀ ਨਰੋਈ, ਕੰਚਨ ਕਾਇਆ ਸ਼ਬਦ ਬੜੀ ਵਾਰੀ ਆਉਂਦਾ ਹੈ ਬਾਣੀ ਵਿੱਚ। ਤੇ ਜ਼ਰੂਰੀ ਥੋੜਾ ਵੀ ਉਸ ਜਿਹੜੇ ਸਰੀਰ ਨੂੰ ਸੋਨਾ ਲੱਗਾ ਹੋਵੇ ਉਹਨੂੰ ਕੰਚਨ ਕਾਇਆ ਗਿਆ। ਜਿਹੜੀ ਕਾਇਆ ਕੰਚਨ ਵਰਗੀ ਸੋਹਣੀ ਹੋਈ ਹੈ, ਸੁਨੱਖੀ ਦੇਹ ਰੋਗਤਾ ਹੋਈ ਹੈ, ਰੋਗਾਂ ਤੋਂ ਰਹਿਤ, ਉਹਨੂੰ ਕੰਚਨ ਕਾਇਆ ਕਹਿੰਦੇ। ਇੱਥੇ ਕਾ ਦੂਧ ਕਟੋਰੀ, ਸੋਨ ਕਟੋਰੀ, ਅੰਮ੍ਰਿਤ ਭਰੀ, ਸੋਨੇ ਵਾਲੀ ਕਟੋਰੀ, ਹਿਰਦਾ ਮੇਰਾ ਸੋਨੇ ਵਰਗਾ ਬਣਿਆ, ਰੱਬ ਤੇਰੀ ਯਾਦ ਜੁੜ ਕੇ ਇਹ ਅੰਮ੍ਰਿਤ ਦਾ ਭਰਿਆ। ਕਿਹੜਾ ਅੰਮ੍ਰਿਤ ਦਾ ਭਰਿਆ? ਇੱਕ ਸ਼ਬਦ ਵਰਤਦੇ ਨੇ ਭਗਤ ਨਾਮ ਆਪਣੀ ਬਾਣੀ ਵਿੱਚ, ਉਹ ਕਹਿੰਦੇ ਨੇ, ਦਸ ਬੈਰਾਗਨ ਮੋਹੇ ਬਸ ਕੀਨੀ, ਪੰਚੋ ਕਾ ਮਿਟ ਨਾਮ, ਸਤਰ ਦੋਏ ਭਰੇ ਅੰਮ੍ਰਿਤ ਸਾਰ, ਵੇਖ ਕੋ ਮਾਰ ਕਢਾ। ਮੈਂ ਆਪਣੇ ਹਿਰਦੇ 72,000 ਨਾੜੀਆਂ ਅੰਮ੍ਰਿਤ ਦੀਆਂ ਭਰ ਦਿੱਤੀਆਂ ਨੇ। ਸਤਰ ਦੋਏ, ਸਤਰ ਤੋਂ 72, ਸਤਰ ਦੋਏ ਭਰੇ ਅੰਮ੍ਰਿਤ ਸਰ, ਮੈਂ ਆਪਣੇ ਸਰੀਰ ਦੀਆਂ 72,000 ਨਾੜੀਆਂ ਭਰੇ ਅੰਮ੍ਰਿਤ ਸਰ, ਅੰਮ੍ਰਿਤ ਨਾਲ ਭਰੀਆਂ ਨੇ। ਵੇਖ ਕੋ ਮਾਰ ਕਢਾਵੋ, ਉੱਥੇ ਮੈਂ ਵੇਖ ਬਾਹਰ ਕੱਢ ਕੇ ਪਰਾਂ ਮਾਰੀ, ਜ਼ਹਿਰ ਕੱਢ ਕੇ ਪਰਾਂ ਮਾਰੀ। ਹੁਣ ਅੰਮ੍ਰਿਤ ਹੀ ਅੰਮ੍ਰਿਤ ਹੈ। ਜੇ ਹੁਣ ਵੇਖੋ, ਸੋਨੇ ਵਿੱਚ ਸੋਨੇ ਦਾ ਭਾਂਡਾ ਤਿਆਰ ਹੋਇਆ ਤੇ ਸੋਨੇ ਦੇ ਭਾਂਡੇ 'ਚ ਗੰਦੀ ਚੀਜ਼ ਤਾਂ ਹੁਣ ਪਈ ਪੈਣੀ ਨਹੀਂ ਵਿੱਚ, ਉੱਥੇ ਉੱਥੇ ਚੀਜ਼ ਵੀ ਤਾਂ ਸਾਫ਼ ਹੀ ਪਾਉਣੀ ਜੇ ਭਾਂਡਾ ਸੋਨੇ ਦਾ ਆਇਆ। ਕਹਿੰਦੇ ਜੇ ਹਿਰਦਾ ਰੂਪੀ ਭਾਂਡਾ ਮੇਰਾ ਸੋਨੇ ਦਾ, ਤੇ ਉਹਦੇ 'ਚ ਰੱਬ ਦੀ ਵਿਚਾਰ, ਰੱਬ ਦੇ ਰੱਬੀ ਗੁਣ, ਮੈਂ ਰੱਬ ਦਾ ਨਾਮ, ਰੱਬ ਦਾ ਨਾਮ ਵਾਲਾ ਅੰਮ੍ਰਿਤ ਇਸ ਭਾਂਡੇ 'ਚ ਭਰ ਦਿੱਤਾ ਆ। ਭਾਂਡਾ ਹਸ਼ਾ ਸੋਏ ਜੋਤ ਸੁਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸੋਨ ਕਟੋਰੀ ਅੰਮ੍ਰਿਤ ਭਰੀ, ਮੇਰੇ ਮਾਲਕ ਨੇ ਮੇਰੇ ਹਿਰਦੇ ਰੂਪੀ ਸੋਨੇ ਦੀ ਕਟੋਰੀ ਜਿਹੜੀ ਹੈ ਉਹ ਭਰ ਦਿੱਤੀ ਹੈ, ਅੰਮ੍ਰਿਤ ਨਾਲ ਭਰੀ ਹੈ। ਫਿਰ ਕਹਿੰਦੇ ਲੈ ਨਾਮੇ ਹਰ ਅੱਗੇ ਧਰੀ, ਨਾਮਦੇਵ ਨੇ ਹਰੀ ਦੇ ਅੱਗੇ ਧਰ ਦਿੱਤੀ। ਕਿਹੜੇ ਹਰ ਦੇ ਅੱਗੇ ਧਰੀ? ਸ਼ਬਦ ਸੁਣਿਓ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ ਦਾ, ਉਹ ਕਹਿੰਦੇ ਹਰ 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 ਹਰੇ, ਸ਼ਬਦ ਚਾਰ ਵਾਰੀ ਵਰਤਦੇ ਨੇ, ਹਰ 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 ਹਰੇ। ਫਿਰ ਅਗਲਾ ਅਗਲੀ ਪੰਕਤ ਕਰਦੇ ਹੁੰਦੇ ਨੇ, ਮਾਲਕ ਜੀ ਤੈਨੂੰ ਯਾਦ ਕਰਨ ਵਾਲੇ, ਜੇ ਸਿਮਰਤ ਜਿਹਨੂੰ ਯਾਦ ਕਰਨ ਵਾਲੇ
ਅਨੇਕਾਂ ਤਰ ਗਏ ਨੇ, ਨਿਮਿਤ ਨਾਮ ਦਿਓ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ। ਨਾਮ ਕਬੀਰ ਰਵਿਦਾਸ ਜੀ ਕਹਿੰਦੇ ਮਾਲਕ ਦੇ, ਮਾਲਕ ਜੀ ਨਾਮ ਦੇਵ ਨੇ ਸਾਰੇ ਥਾਵਾਂ ਤੇ ਰਮੇ ਹੋਏ ਪਰਮਾਤਮਾ ਨੂੰ ਪਛਾਣ ਕੇ ਕਿਸੇ ਪਿਆਰੇ ਨੂੰ ਦੁੱਧ ਪਿਆਇਆ ਤੇ ਮਾਲਕ ਜੀ ਉਹਦੀ ਹੁਣ ਸਿਫਤ ਆ। ਹੁਣ ਇੱਕ ਵਿਚਾਰ ਹੋਰ ਸੁਣਿਓ, ਨਾਮਦੇਵ ਮੰਦਿਰ ਵਿੱਚ ਗਏ ਨੇ ਦੁੱਧ ਪਿਆਉਣ। ਇੱਕ ਪਹਿਲਾ ਸ਼ਬਦ ਪੜ੍ਹਦੇ ਨੇ ਆਪਾਂ ਕਿ ਨਾਮਦੇਵ ਨੂੰ ਧੱਕੇ ਮਾਰਦੇ ਨੇ ਮੰਦਿਰ ਦੇ ਪੁਜਾਰੀ। ਅੱਛਾ, ਉਹਨਾਂ ਨੂੰ ਨੀ ਪਤਾ ਵੀ ਹੁਣ ਇੱਕ ਗੱਲ ਸੁਣੀ ਕਿ ਨਾਮਦੇਵ ਦਾ ਪਿਤਾ ਪਹਿਲਾਂ ਵੀ ਦੁੱਧ ਪਿਆਉਂਦਾ ਆ ਰਿਹਾ ਸੀ ਤੇ ਉਹ ਇੱਕ ਦਿਨ ਘਰ ਤੋਂ ਬਾਹਰ ਜਾਂਦੇ ਤੇ ਨਾਮਦੇਵ ਦੀ ਜ਼ਿੰਮੇਵਾਰੀ ਲਾਜਦੇ ਦੁੱਧ ਤੂੰ ਮਗਰੋਂ ਪਿਆ ਦੇ ਵੀ ਜਾ ਵੀ ਦੁੱਧ ਪਿਆ ਵੀ ਮਾਲਕ ਠਾਕੁਰ ਨੂੰ ਜਾ। ਚਲੋ ਜੇ ਇਹ ਗੱਲ ਮੰਨ ਲਈਏ ਵੀ ਨਾਮਦੇਵ ਜੀ ਦੇ ਪਿਤਾ ਜੀ ਵੀ ਪਹਿਲਾਂ ਮੰਦਰ ਜਾ ਕੇ ਦੁੱਧ ਪਿਆਉਣ ਜਾਂਦੇ ਸੀ, ਫਿਰ ਨਾਮਦੇਵ ਨੂੰ ਧੱਕੇ ਕਿਉਂ ਮਾਰਦੇ? ਜਦ ਉਹ ਕਿਹੜਾ ਜਾਣਦੇ ਨੇ ਵੀ ਇਹ ਨਾਮਦੇਵ ਜਿਹੜਾ ਆ ਇਹ ਇਹਦਾ ਪਿਤਾ ਪਹਿਲਾਂ ਜਿਹੜਾ ਦੁੱਧ ਪਿਆਉਣ ਆਉਂਦਾ ਸੀ? ਨਹੀਂ, ਨਾਮਦੇਵ ਨੇ ਤਾਂ ਨਫ਼ਰਤ ਹੀ ਬੜਾ ਕਰ। ਚਲੋ ਇਹ ਵੀ ਗੱਲ ਮੰਨ ਲਈ ਵੀ ਉਹਦੇ ਪਿਤਾ ਬਾਰੇ ਵੀ ਜਾਣਦੇ ਸੀ ਪਾਂਡੇ। ਜਿੱਦਣ ਨਾਮਦੇਵ ਜੀ ਨੂੰ ਵੀ ਜਾਣ ਗਏ ਵੀ ਹਾਂ ਇਹਦਾ ਪਿਤਾ ਪਹਿਲਾਂ ਦੁੱਧ ਪਿਆਉਣ ਆਉਂਦਾ, ਇਹ ਵੀ ਅੱਜ ਪਿਆਉਣ ਆਇਆ, ਤੇ ਜੇ ਨਾਮਦੇਵ ਬਾਰੇ ਆਮ ਗੱਲ ਪ੍ਰਚਲਿਤ ਹੋ ਗਈ ਵੀ ਪਰਮਾਤਮਾ ਨੂੰ ਦੁੱਧ ਪਿਆਇਆ ਨਾਮਦੇਵ ਨੇ ਤੇ ਨਾਮਦੇਵ ਦੇ ਸਾਹਮਣੇ ਸਾਕਸ਼ਾਤ ਭਗਵਾਨ ਖੜ ਗਏ ਆ ਕੇ, ਕੀ ਲੋਕਾਂ ਨੂੰ ਯਕੀਨ ਨਾ ਹੋਇਆ ਹੋਏਗਾ ਵੀ ਨਾਮਦੇਵ ਨੂੰ ਰੱਬ ਮਿਲ ਪਿਆ? ਕੀ ਮੰਦਿਰ ਦੇ ਪੁਜਾਰੀਆਂ ਨੂੰ ਪਤਾ ਨਾ ਲੱਗਾ ਹੋਏਗਾ ਵੀ ਜਿਹਨੂੰ ਅਸੀਂ ਧੱਕੇ ਮਾਰਨ ਲੱਗੇ ਇਹ ਰੱਬ ਮਿਲਿਆ ਹੋਇਆ, ਜਿਹਨੂੰ ਅਸੀਂ ਧੱਕੇ ਮਾਰਨੇ ਇਹ ਤਾਂ ਰੱਬ ਦਾ ਵਿੱਚ ਭੇਦ ਹੋਇਆ ਪਿਆ? ਗੱਲ ਕੀ ਸੀ ਕਿ ਉਹਨਾਂ ਅੰਦਰ ਨਫ਼ਰਤ ਸੀਗੀ, ਉਹ ਸ਼ੂਦਰ ਜਾਤ ਵਾਲੇ ਨੂੰ ਮੰਨਦੇ ਹੀ ਨਹੀਂ ਸੀ ਰੱਬ ਦਾ ਪੁਜਾਰੀ ਹੋ ਸਕਦਾ, ਉਹ ਕਹਿੰਦੇ ਵੀ ਸ਼ੂਦਰ ਜਾਤ ਵਾਲੇ ਨੂੰ ਰੱਬ ਮਿਲਦਾ ਹੀ ਨਹੀਂ ਤੇ ਨਾ ਹੀ ਉਹਨੂੰ ਮੰਦਰ ਚ ਆਉਣ ਦਾ ਅਧਿਕਾਰ ਤੇ ਨਾ ਉਹਨੂੰ ਠਾਕੁਰ ਰੱਖਣ ਦਾ ਅਧਿਕਾਰ ਹੈ। ਇਸ ਕਰਕੇ ਲੈ ਨਾਮੇ ਹਾਰ ਅੱਗੇ ਹਰੀ ਦੇ ਅੱਗੇ, ਨਾਮਦੇਵ ਨੇ ਦੁੱਧ ਵਾਲੀ ਕਟੋਰੀ ਹਰੀ ਦੇ ਅੱਗੇ ਧਰੀ, ਤੇ ਜੇ ਅਸੀਂ ਪਹਿਲਾਂ ਸ਼ਬਦ ਵਰਤਦੇ ਹਾਂ ਗੋਬਿੰਦੇ ਤੇ ਜਿਹੜੇ ਇਤਿਹਾਸਕ ਤੱਥ ਮਿਲਦੇ ਨੇ ਉੱਥੇ ਠਾਕੁਰ ਮਿਲਦਾ ਆ ਵੀ ਨਾਮਦੇਵ ਠਾਕੁਰ ਨੂੰ ਦੁੱਧ ਪਿਆਉਣ ਗਏ, ਇੱਥੇ ਕਹਿ ਰਹੇ ਨੇ ਵੀ ਹਰੀ ਦੇ ਅੱਗੇ ਦੁੱਧ ਦੀ ਕਟੋਰੀ ਧਰੀ ਹੈ ਤੇ ਹਰੀ ਸ਼ਬਦ ਗੁਰੂ ਗ੍ਰੰਥ ਦੀ ਬਾਣੀ ਚ ਬਹੁਤ ਵਾਰੀ ਵਰਤਿਆ, ਗੁਰੂ ਸਾਹਿਬਾਨਾਂ ਨੇ ਵਰਤਿਆ ਆ। ਫਿਰ ਕਹਿੰਦੇ ਨੇ ਏਕ ਭਗਤ ਮੇਰਾ ਹਿਰਦੈ ਵਸੈ, ਜਿਹਨੂੰ ਦੁੱਧ ਪਿਆਉਣਾ ਪਤਾ ਕੌਣ ਆ? ਏਕ ਭਗਤ, ਏਕ ਸ਼ਬਦ ਕੱਕੇ ਨੂੰ ਔਂਕੜਿਆ, ਆ ਵੀ ਗੱਲ ਨੋਟ ਕਰਨ ਵਾਲੀ, ਜੇ ਈੜੀ ਨੂੰ ਲਾ ਤੇ ਕੱਕਾ ਸ਼ਬਦ ਆਵੇ ਬਾਣੀ ਵਿੱਚ ਉਹਦਾ ਅਰਥ ਹੈ ਕਈ, ਉਹਦਾ ਅਰਥ ਕਈ ਵੀ ਜੇ, ਤੇ ਜੇ ਈੜੀ ਨੂੰ ਲਾ ਕੱਕੇ ਨੂੰ ਔਂਕੜ ਆਵੇ ਉਹਦਾ ਅਰਥ ਇੱਕ ਕੇਵਲ ਇੱਕ, ਤੇ ਭਗਤ ਸ਼ਬਦ ਵੀ ਬਾਣੀ ਚ ਤਿੰਨ ਤਰ੍ਹਾਂ ਦਾ ਆਉਂਦਾ, ਭੱਬਾ ਗੱਗਾ ਤੇ ਤੱਤਾ, ਇਹਦਾ ਅਰਥ ਹੈ ਬਹੁਤ ਸਾਰੇ ਭਗਤ, ਭੱਬਾ ਗੱਗਾ ਤੱਤੇ ਨੂੰ ਸਿਹਾਰੀ ਇਹਦਾ ਅਰਥ ਹੈ ਭਗਤੀ, ਭੱਬਾ ਗੱਗਾ ਤੱਤੇ ਨੂੰ ਔਂਕੜ ਇਹਦਾ ਅਰਥ ਹੈ ਪਰਮਾਤਮਾ, ਇੱਕ ਪਰਮਾਤਮਾ ਜਿਹੜਾ ਸ਼ਬਦ ਇੱਥੇ ਆਇਆ ਈੜੀ ਨੂੰ ਲਾ ਕੱਕੇ ਨੂੰ ਔਂਕੜ।